देखो बाजवा साहब स्पष्ट आ, तुसी मंगिया जेड़ी गल दी जो गल तुसी पॉइंट रेज कीता सी उदा आंसर मानजो गवर्नर साहब ने देता। सो कहण लई केयर ऑर्डर कीता जावे, वाकट करो थोड़ी मर्जी आ। मंत्री जी केयर ऑर्डर कीता जावे, बहस नहीं करना चाहुंदे की तुसी एसवाईएल ते बहस नहीं करना चाहुंदे? केयर ऑर्डर कीता जावे, क्यों तुसी बहस ता नहीं करना चाहुंदे? क्योंकि तुहाडी साबका प्रधानमंत्री इंदिरा गांधी समय एसवाईएल लिखी आ, ਤੁਹਾਡੀ ਜਦੋਂ ਹੋਂਦ ਵਿੱਚ ਆਈ ਆ ਮਿਸਟਰ ਬਾਜਵਾ, ਜਦੋਂ ਹੋਂਦ ਵਿੱਚ ਆਈ ਆ ਉਸ ਸਮੇਂ ਕਾਂਗਰਸ ਪਾਰਟੀ ਦਾ ਰਾਜ ਸੀਗਾ। ਉਸ ਸਮੇਂ ਤੁਹਾਡੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਚਾਂਦੀ ਦਾ ਟੱਕ ਲਾ ਕੇ ਉਹਦਾ ਉਦਘਾਟਨ ਕੀਤਾ ਸੀਗਾ। ਤੁਸੀਂ ਕੀ ਬੋਲੋਗੇ? ਤੁਸੀਂ ਕਿਹੜੇ ਮਸਲੇ ਤੇ ਬੋਲੋਗੇ? ਮਿਸਟਰ ਬੈਠ ਜਾਓ। ਪੰਜਾਬ ਨੂੰ ਪਤਾ ਕਿ ਪੰਜਾਬ ਦੇ ਅੰਦਰ ਕਾਂਗਰਸ ਪਾਰਟੀ ਨੇ ਲੋਕਾਂ ਦਾ ਕਾਣ ਕੀਤਾ, ਪੰਜਾਬ ਨੂੰ ਬਰਬਾਦ ਕੀਤਾ ਤੁਸੀਂ ਲੋਕਾਂ ਨੇ, ਪੰਜਾਬ ਦਾ ਪਾਣੀ ਤੁਸੀਂ ਵੇਚਿਆ। ਆ ਬੈਠਾ ਦੂਜੇ ਪਾਸੇ ਅਕਾਲੀ ਦਲ ਵਾਲੇ, ਉਹਨਾਂ ਨੇ ਹੋਟਲ ਬਣਾਏ ਨੇ, ਤੁਸੀਂ ਕਿਹੜਾ ਬੋਲਾ ਬੋਲੋਗੇ? ਤੁਸੀਂ ਕਰੋ ਬਹਿਸ, ਆਓ ਬਹਿਸ ਕਰੋ ਇੱਥੇ, ਤੁਹਾਡੇ ਪੱਲੇ ਹੀ ਕੱਖ ਨਹੀਂ ਹੈਗਾ, ਮਿਸਟਰ ਬਾਜਵਾ ਕੇਅਰ ਨੋਟਿਸ ਕੀਤਾ ਜਾਵੇ। ਤੁਸੀਂ ਦੋਸ਼ੀ ਹੋ ਪੰਜਾਬ ਦੇ, ਤੁਸੀਂ ਪੰਜਾਬ ਦਾ ਪਾਣੀ ਵੇਚਿਆ ਗਾ, ਤੁਸੀਂ ਲੋਕਾਂ ਨੇ ਪੰਜਾਬ ਨੂੰ ਬਰਬਾਦ ਕੀਤਾ ਗਾ। मैं सारे मानयोग मेंबर साहबान नु बेनती करदा हां, स्पष्ट करदा कि चेयर नु डिस्क कीता जावे, मुद्दे ते बहस करनी बैठना चाहिदा। बैठो तुसी क्यों भज रहे हो? ਕੀਮਾ ਸਾਹਿਬ, ਪੰਜਾਬ ਦੇ ਲੋਕਾਂ ਨੂੰ ਪਤਾ ਲੱਗੇ ਕੇਅਰ ਨੋਟਿਸ ਕੀਤਾ ਜਾਵੇ, ਪੰਜਾਬ ਦਾ ਬਰਬਾਦ ਕੀਤਾ ਗਾ। ਬੈਠੋ ਮਿਸਟਰ ਰਾਜਾ, ਬੈਠੋ, ਬੈਠ ਕੇ ਬਹਿਸ ਕਰੋ ਇੱਥੇ ਬੈਠ, ਲਗਾ ਬੈਠੋ। ਤੁਸੀਂ ਭੱਜ ਰਹੇ ਹੋਗੇ, ਤੁਸੀਂ ਲੋਕ ਬਹਿਸ ਤੋਂ ਭੱਜ ਰਿਹਾ ਕਿ ਤੁਹਾਡੇ ਸਮੇਂ, ਤੁਹਾਡੀ ਸਰਕਾਰਾਂ ਦੇ ਸਮੇਂ, ਤੁਹਾਡੀ ਪਾਰਟੀ ਦੀ ਸਰਕਾਰ ਦੇ ਸਮੇਂ ਪੰਜਾਬ ਦੇ ਅੰਦਰ ਐਸਵਾਈਐਲ ਦਾ ਉਦਘਾਟਨ ਹੋਇਆ, ਐਸਵਾਈਐਲ ਦੀ ਲੈਂਡ ਅਕਵਾਇਰ ਹੋਈ ਹੈ, ਸਾਰਾ ਕੁਝ ਤਾਂ ਤੁਹਾਡੇ ਸਮੇਂ। मंत्री जी, ਤੁਸੀਂ ਕਿਹੜੇ ਮੰਤਰੀ ਜੀ ਬੈਠੋ।